ਸੋਮਵਾਰ ਦੇ ਦਿਨ ਤੜਕੇ 4 ਵਜੇ ਕਰਤਾਰਪੁਰ ਵਿਖੇ ਬਾਬਾ ਬਾਲਕ ਨਾਥ ਮੰਦਿਰ ਦੇ ਬਾਹਰ ਇੱਕ ਵਿਅਕਤੀ ਲਹੂ ਦੇ ਨਾਲ ਭਿੱਜਿਆ ਹੋਇਆ ਦਰਦ ਨਾਲ ਕਰਾ ਰਿਹਾ ਸੀ। ਕਿਸੇ ਡਰ ਦੇ ਮਾਰੇ ਜਾਂ ਇਨਸਾਨੀਅਤ ਗੁਆ ਚੁੱਕੇ ਲੋਕ ਬਸ ਜ਼ਖਮੀ ਵਿਅਕਤੀ ਕੋਲ ਖੜੇ ਉਸਦੇ ਵੀਡੀਓ ਬਣਾ ਰਹੇ ਸੀ। ਜਲੰਧਰ ਦੇ ਨਜ਼ਦੀਕ ਕਰਤਾਰਪੁਰ ਵਿਖੇ ਇੱਕ ਗੁਰੂ ਘਰ ਚ ਮਹੰਤ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਕਤਲ ਹੋਏ ਮੰਦਿਰ ਦੇ ਮਹੰਤ ਦੀ ਪਛਾਣ ਬਲਵੀਰ ਕੁਮਾਰ ਵਜੋਂ ਹੋਈ ਹੈ। ਵੀਡੀਓ ਬਣਾ ਰਹੇ ਲੋਕਾਂ ਵੱਲੋਂ ਭਾਵੇਂ ਮਹੰਤ ਨੂੰ ਖੁਦ ਹਸਪਤਾਲ ਨਾ ਪਹੁੰਚਾਇਆ ਗਿਆ ਪਰ ਉਹਨਾਂ ਵੱਲੋਂ 108 ਨੰਬਰ ਤੇ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਗਿਆ ਪਰ ਜਦ ਤੱਕ ਮਹੰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਗੱਲ ਪਤਾ ਨਹੀਂ ਕਿਸੇ ਨੂੰ ਪਤਾ ਕੀ ਹੋਈ ਗੱਲ, ਜਦੋਂ ਇਹ ਆਏ 4:15 ਦੇ ਕਰੀਬ ਰੌਲਾ ਕਾਫੀ ਪੈ ਰਿਹਾ ਸੀਗਾ ਤੇ ਆਵਾਜ਼ ਜਦੋਂ ਸੁਣੀ ਸਾਰੇ ਮਹੱਲੇ ਵਾਲੇ ਇਕੱਠੇ ਹੋ ਗਏ ਮੈਨੂੰ ਬਚਾ ਲਓ ਮੈਨੂੰ ਬਚਾ ਲਓ। ਸਾਰਿਆਂ ਨੇ ਫਿਰ ਦੇਖਿਆ ਬਹੁਤ ਜ਼ਿਆਦਾ ਬਲੱਡ ਨਿਕਲਿਆ ਆਇਆ ਸੀਗਾ ਇਹਨਾਂ ਦੇ ਬੋਡੀ ਤੋਂ ਅਤੇ ਸਾਰਾ ਫੇਸ ਨਜ਼ਰ ਆ ਨਹੀਂ ਰਿਹਾ ਸੀਗਾ ਅਤੇ ਜਦੋਂ ਫਿਰ ਉਹ ਦੇਖਿਆ ਸੀ ਫਿਰ ਐਂਬੂਲੈਂਸ ਨੂੰ ਫੋਨ ਕੀਤਾ 108 ਐਂਬੂਲੈਂਸ ਜਦੋਂ ਆਈ 10 ਮਿੰਟ ਲਗਾ ਲਏ ਉਹਨਾਂ ਨੇ ਐਂਬੂਲੈਂਸ ਨੂੰ ਆਉਂਦੇ ਆਉਂਦੇ ਅਤੇ ਜਦੋਂ ਲੈ ਕੇ ਪਾ ਕੇ ਫਿਰ ਹੋਸਪਿਟਲ ਲੈ ਕੇ ਆਏ ਫਿਰ ਉਹਨਾਂ ਨੇ ਜਵਾਬ ਦਿੱਤਾ ਸੀਗਾ। ਸਰ ਉਹਨਾਂ ਨੇ ਦੱਸਿਆ ਕੀ ਗੱਲ ਹੋਈ ਹੈ ਕਿ ਕੁਛ ਨਹੀਂ ਕਹਿ ਰਹੇ ਸੀਗੇ ਕਿ ਇੱਕ ਲੜਕਾ ਆਇਆ ਸੀਗਾ ਜੰਮੂ ਤੋਂ ਆਇਆ ਸੀਗਾ ਇੱਕ ਲੜਕਾ ਇੱਦਾਂ ਕਹਿ ਰਿਹਾ ਸੀ ਬਸ ਹੋਰ ਕੁਛ ਨਹੀਂ ਹਲੇ ਪਤਾ ਲੱਗਾ ਕਿ ਕੌਣ ਸੀਗਾ ਕਿੱਥੋਂ ਆਇਆ ਸੀ ਬੰਦਾ ਕੌਣ ਰਾਤੀ ਰਿਹਾ ਸੀਗਾ ਕਿਉਂਕਿ ਫੈਮਲੀਆਂ ਦੀ ਗਈ ਹੋਈ ਸੀਗੀ ਅਤੇ ਇਕੱਲੇ ਸੀਗੇ ਘਰ ਹੋਰ ਕੋਈ ਨਹੀਂ ਸੀ। ਇਹ ਬਾਬ ਬਾਲਨਾਥ ਦਾ ਮੰਦਿਰ ਆ ਉਹਨਾਂ ਦੀ ਗੱਦੀ ਹੈਗੀ ਆ ਅਤੇ ਉੱਥੇ ਬੈਠੇ ਹੋਏ ਸੀਗੇ। ਮੁਹੱਲਾ ਵਾਸੀਆਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਲਵੀਰ ਕੁਮਾਰ ਨਾਮ ਦਾ ਸੀਗਾ ਪੁਜਾਰੀ, ਉਹਦੀ ਅੱਜ ਲਾਸਟ ਨਾਈਟ ਜਿਹੜੀ ਹੈਗੀ ਆ ਉਹ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਉਹਦੇ ਸੱਟਾਂ ਮਾਰੀਆਂ ਔਰ ਰਸਤੇ ਜਾਂਦੇ ਉਹਦੀ ਬਾਅਦ 'ਚ ਡੈੱਥ ਹੋ ਗਈ ਸੀ। ਔਰ ਉਹਨੇ ਕੋਈ ਵਿੱਕੀ ਨਾਮ ਦਾ ਬੰਦਾ ਹੈਗਾ ਜੰਮੂ ਦਾ, ਉਹਦੇ ਬਾਰੇ ਦੱਸਿਆ ਸੀ ਵੀ ਉਹਨੇ ਮੈਨੂੰ ਮਾਰਿਆ। ਬਾਕੀ ਇਹਦੇ ਬਾਰੇ ਕੇਸ ਰਜਿਸਟਰ ਕਰਤਾ ਹੈਗਾ 302 ਦਾ SHO ਕਰਤਾਰਪੁਰ ਵੱਲੋਂ ਔਰ ਤਫਤੀਸ਼ ਕੀਤੀ ਜਾ ਰਹੀ ਹੈ ਔਰ ਇਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ। ਇਹ ਤਫਤੀਸ਼ ਸਾਰਾ ਸਾਹਮਣੇ ਆਏਗਾ ਵੀ ਕੀ ਰੰਜਿਸ਼ ਸੀ ਕਿਉਂ ਸੀਗੀ ਸਾਰੀ ਤਫਤੀਸ਼ ਵਿੱਚ ਦੇਖਿਆ ਜਾਏਗਾ। 302 IPC ਤਹਿਤ ਪਰਚਾ ਦਰਜ ਕਰਤਾ। ਮਹੰਤ ਦੇ ਕਤਲ ਬਾਰੇ ਮੁਹੱਲਾ ਵਾਸੀਆਂ ਨੂੰ ਕੋਈ ਪੱਕਾ ਗਿਆਨ ਨਹੀਂ ਪਰ ਪੁਲਿਸ ਵੱਲੋਂ ਜੰਮੂ ਦੇ ਰਹਿਣ ਵਾਲੇ ਸ਼ਖਸ ਵਿੱਕੀ ਦਾ ਨਾਮ ਦਰਜ ਜ਼ਰੂਰ ਕੀਤਾ ਗਿਆ। ਲੋਕਾਂ ਵੱਲੋਂ ਜ਼ਖਮੀ ਮਹੰਤ ਦੀ ਵੀਡੀਓ ਬਣਾਉਣ ਦੀ ਬਜਾਏ ਜੇਕਰ ਉਸਨੂੰ ਸਮੇਂ ਰਹਿੰਦੇ ਹਸਪਤਾਲ ਪਹੁੰਚਾਇਆ ਗਿਆ ਹੁੰਦਾ ਤਾਂ ਸ਼ਾਇਦ ਉਸ ਮਹੰਤ ਦੀ ਜਾਨ ਬਚਾਈ ਜਾ ਸਕਦੀ ਸੀ। ਕਰਤਾਰਪੁਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ, ਦਿੱਲੀ ਪੋਸਟ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।